ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਹਾਂਜੀ ਡਿਊਟੀ ਦੇ ਦੌਰਾਨ ਅਸਲਾ ਸਾਫ਼ ਕਰਦਿਆਂ ਚੱਲਦੀ ਗੋਲੀ ਐਸਆਈ ਦੀ ਗਈ ਜਾਨ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ਿਕਰੰਦ ਪਹਿਲਾ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਿਹੜਾ ਥਾਣਾ ਲੰਬੀ ਦੇ ਵਿੱਚ ਤਣਾਏ ਤੇ ਐਸਆਈ ਬਲਰਾਜ ਸਿੰਘ ਦੀ ਡਿਊਟੀ ਦੇ ਦੌਰਾਨ ਅਸਲਾ ਸਾਫ਼ ਕਰਦਿਆਂ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਕੱਢਣ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪੁੱਜੇ ਉਪ ਕਪਤਾਨ ਬਲਕਾਰ ਸਿੰਘ ਨੇ ਦੱਸਿਆ ਕਿ ਥਾਣਾ ਲੰਬੀ ਵਿਖੇ ਤਾਇਤ ਥਾਣੇਦਾਰ ਬਲਰਾਜ ਸਿੰਘ ਡਿਊਟੀ ਦੇ ਦੌਰਾਨ ਅੱਜ ਸਵੇਰੇ ਹਥਿਆਰ ਸਾਫ ਕਰ ਰਹੇ ਸਨ ਤਾਂ ਚਾਨਕ ਗੋਲੀ ਚੱਲ ਗਈ ਜਿੱਥੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਦੇ ਹੋਏ ਜਿੱਥਾ ਮਾਮਲਾ ਦਰਜ ਕਰ ਲਿਆ ਗਿਆ ਹੈ ਜਿੱਹਾਂ ਜਿਸ ਦੇ ਕਾਰਨ ਸਾਰੇ ਲੋਕ ਬਹੁਤ ਪਰੇਸ਼ਾਨ ਅਤੇ ਸੋਗ ਦੀ ਲਹਿਰ ਫੈਲ ਗਈ ਕਿਉਂਕਿ ਇਹ ਹਾਸਾ ਕਦੋਂ ਵੀ ਕਿਸੇ ਦੇ ਨਾਲ ਵਾਪਰ ਸਕਦਾ ਹੈ ਪਰ ਪੁਲਿਸ ਨੇ ਕਿਹਾ ਹੈ ਕਿ ਅਤਿਆਤ ਵਰਤੋ ਜਿੱਥਾਂ ਆਪਣੀ ਸਾਵਧਾਨੀ ਵਰਤਦੇ ਰਹੋ ਜਦੋਂ ਵੀ ਅਸਲਾ ਸਾਫ ਕਰਨਾ ਹੈ ਤਾਂ ਉਸ ਦੇ ਵਿੱਚੋਂ ਗੋਲੀਆਂ ਕੱਢ ਕੇ ਸਾਫ ਕਰੋ ਜਿਆ ਤਾਂ ਜੋ ਇਹੋ ਜਿਹਾ ਘਟਨਾ ਵਾਪਰਨ ਤੋਂ ਰੁਕਾਵ ਹੋ ਸਕੇ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ